ਚੱਕਦੇ ਆ ਗਰੀਬ ਬੰਦੇ ਦਾ, ਗਰੀਬ ਬੰਦੇ ਦਾ ਫਾਇਦਾ ਚਾਹਦੇ ਆ, ਨਹੀਂ ਪਤਾ ਆਟਾ ਹੈ ਕਿ ਹੈ ਨਹੀਂ, ਕੱਲਾ ਸੂਟ ਹੀ ਦੇਖਣਾ, ਸੂਟ ਹੋਣਾ ਜ਼ਰੂਰੀ, ਆਟਾ ਹੋਵੇ ਜਾਂ ਨਾ ਹੋਵੇ। ਹੋਰ ਚੀਜ਼ਾਂ ਲਈ ਨਹੀਂ ਬੀਬੀਆਂ ਕੋਲ ਪੈਸੇ ਨਿਕਲਦੇ, ਜਦੋਂ ਗੱਲ ਆ ਜਾਏ ਆਪਣੇ ਆਪ ਤੇ ਸੂਟਾਂ ਤੇ, ਫਿਰ ਪੈਸੇ ਕਿੱਥੋਂ ਨਿਕਲ ਜਾਂਦੇ ਨੇ ਮੈਨੂੰ ਇਹ ਦੱਸੋ। ਆਪੇ ਦਿੰਦੇ ਨੇ ਧਰਨਾ ਲਾਉਣੇ ਆਪਾਂ ਬਹਿ ਕੇ ਦੁਕਾਨ ਮੂਹਰੇ, ਨਹੀਂ ਧਰਨਾ ਨਹੀਂ ਲਾਣਾ, ਮੈਂ ਚੌਥੀ ਜਿਹੜੀ ਸੂਟ ਲਾ ਦੇਣਾ, ਹੁਣ ਸਾਰੇ ਖਜ਼ਾਨੇ ਖਾਲੀ ਕਰ ਦੇਣੇ ਆ, ਕਰਨੀ ਨਾਲ ਹੀ ਚੱਕੀ ਫਿਰਦੇ ਆ ਕੈਸ਼ੀਅਰ। ਬੇਸ਼ੱਕ ਇਹਨਾਂ ਤੋਂ ਲਿਆ, ਇਹਨਾਂ ਨੇ ਠੱਗਿਆ ਸਾਨੂੰ, ਠੱਗ ਲਿਆ, ਹਾਂ ਠੱਗ ਲਿਆ ਕਰਵੇ ਤੇ, ਹੁਣ ਮੈਂ ਕੀ ਕਰਾਂ, ਕਾਰਵਾਈ ਪਾਵਾਂਗੇ, ਬਹੁਤ ਮਹਿੰਗਾ ਪੈ ਜਾਣਾ ਕਰੂਆ ਨਾ, ਪੈ ਜਾਊਗਾ 20,000 ਰੁਪਏ ਦਾ, ਹਾਏ ਹਾਏ ਲੱਗੇ ਰੋ, ਵੈਸੇ ਸੀਜ਼ਨ ਚੱਲ ਰਿਹਾ ਆਪਣਾ। ਸਤਿ ਸ਼੍ਰੀ ਅਕਾਲ ਜੀ, ਉਮੀਦ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ, ਮੈਂ ਤੁਹਾਡੇ ਨਾਲ ਦੂਰ ਬੱਚੋ ਸੁਬਹੀ ਇਸ ਵੇਲੇ ਪਹੁੰਚੇ ਸੀਗੇ, ਸ਼ਾਮ ਦਾ ਵੇਲਾ ਹੋ ਗਿਆ, ਬਾਜ਼ਾਰ ਆਏ ਸੀ, ਕਹਿੰਦੇ ਬਾਜ਼ਾਰ ਰੌਣਕਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ, ਸੋ ਤਿਆਰ ਆ ਰਹੇ ਨੇ ਬੀਬੀਆਂ ਦਾ ਤਿਆਰ ਵੀ ਆ ਰਿਹਾ, ਖਾਸ ਕਰਕੇ ਕਰਵਾ ਚੌਥ ਅਤੇ ਬਾਕੀ ਵੀ ਤਿਆਰ ਆ, ਅਤੇ ਲੋਕ ਤਿਆਰੀਆਂ ਕਰ ਰਹੇ ਨੇ, ਸਮਾਨ ਲੈ ਰਹੇ ਨੇ, ਸੋ ਆਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਲੋਕਾਂ ਦੇ ਨਾਲ, ਮਾਰਦੇ ਹਾਂ ਭਰੀ ਅਵਲੀਆਂ, ਨਿੱਕੇ ਨਿੱਕੇ ਜਵਾਕ ਵੀ ਆਏ ਨੇ ਸਮਾਨ ਲੈਣ। ਸਤਿ ਸ਼੍ਰੀ ਅਕਾਲ ਜੀ, ਕੀ ਲੈ ਲਿਆ ਫਿਰ ਬਾਜ਼ਾਰ, ਕਿਵੇਂ ਆਏ ਤੁਸੀਂ? ਅਜੇ ਤਾਂ ਅਸੀਂ ਤੁਰੇ ਆਉਂਦੇ। ਅੱਛਾ, ਅਜੇ ਤੁਰੇ ਜਾਂਦੇ ਹੋ, ਤਾਂ ਪਸੰਦ ਕਰਨਾ ਹੈ ਕੀ ਲੈਣਾ? ਪਸੰਦ ਅਜੇ ਜਵਾਕ ਜਾਏਗਾ। ਅੱਛਾ ਅੱਛਾ, ਤੇ ਕੀ ਸੋਚੇ ਕੀ ਲੈਣਾ ਬਾਜ਼ਾਰ 'ਚ, ਕਿ ਵੈਸੇ ਕਿਹੜਾ ਦੇਣਾ ਹੈ? ਨਹੀਂ, ਜਵਾਕਾਂ ਨੇ ਲੈਣੇ ਕੱਪੜੇ ਕੁੱਪੜੇ। ਅੱਛਾ, ਤੁਸੀਂ ਨਹੀਂ ਲੈਣਾ ਕੁਛ? ਆਪਾਂ ਕੀ ਲੈਣਾ, ਸਾਡਾ ਦਿਲ ਨਹੀਂ ਕਰਦਾ ਕੁਛ ਲੈਣ ਦਾ, ਸੂਟ ਸਾਟ ਕੋ ਵਧੀਆ ਜਾ, ਬੁੱਢੇ ਬੰਦਿਆਂ ਦਾ ਕੀ ਜੀ ਕਰਨਾ ਤੈਨੂੰ, ਤੇ ਜਦ ਜਵਾਕ ਹੀ ਲੈ ਲੈਣਗੇ ਤਾਂ ਬਸ। ਨਹੀਂ ਜੀ, ਦੇਖੋ ਦਿਲ ਜਵਾਨ ਹੋਣਾ ਚਾਹੀਦਾ, ਉਮਰਾਂ 'ਚ ਕੀ ਰੱਖਿਆ ਹੈ, ਚਾਹ ਤਾਂ ਜ਼ਰੂਰੀ ਨੇ, ਰਹਿਣਾ ਬੜਾ ਸੋਹਣਾ ਕਾਕਾ ਹੈ। ਹਾਂ ਬਈ, ਕੀ ਲੈਣਾ ਪੁੱਤ? ਸੂਟ ਲੈਣਾ ਹੈ। ਪੰਗੇ ਪੁੰਗੇ ਤਾਂ ਨਹੀਂ ਲੈਣਾ? ਅੱਛਾ, ਸੂਟ ਲੈਣਾ ਆਇਆ। ਉਹ ਤਾਂ ਸੂਟ ਤੂੰ ਕੀ ਕਰਨਾ ਪਾ ਕੇ, ਉਹ ਤਾਂ ਦਾਦੀ ਨੂੰ ਲੈ ਕੇ ਦੇ। ਨਿੱਕੇ ਨਿੱਕੇ ਜਵਾਕ। ਅੱਛਾ, ਤੁਸੀਂ ਕੀ ਲੈਣ ਆਏ ਜੀ? ਅਸੀਂ ਸੂਟ ਲੈਣਾ ਸੀ। ਹੋਰ ਗੱਲਾਂ ਦੀ ਗੱਲ, ਲਿਪਸਟਿਕ ਦਾ ਕਲਰ ਬੜਾ ਸੋਹਣਾ ਲੱਗਿਆ। ਥੈਂਕ ਯੂ। ਕਿੱਥੋਂ ਲੈਣੇ ਹੋ ਸਾਰਾ ਸਮਾਨ? ਇੱਥੋਂ ਹੀ ਲਵਾਂਗੇ। ਅੱਛਾ, ਪਹਿਲਾਂ ਸੂਟ ਤੋਂ ਸ਼ੁਰੂਆਤ ਕਰਾਂਗੇ, ਫਿਰ ਸਾਰਾ ਉਹਦਾ ਮੈਚ ਮਿਲ ਜਾਊਗਾ। ਹੋਰ ਚੀਜ਼ਾਂ ਲਈ ਨਹੀਂ ਬੀਬੀਆਂ ਕੋਲ ਪੈਸੇ ਨਿਕਲਦੇ, ਜਦੋਂ ਗੱਲ ਆ ਜੇ ਆਪਣੇ ਆਪ ਤੇ ਸੂਟਾਂ ਤੇ, ਤਾਂ ਫਿਰ ਪੈਸੇ ਕਿੱਥੋਂ ਨਿਕਲ ਜਾਂਦੇ ਨੇ ਮੈਨੂੰ ਇਹ ਦੱਸੋ। ਆਪੇ ਦਿੰਦੇ ਨੇ ਹਾਂ, ਦਿੰਦੇ ਨੇ, ਸਾਲ ਦੇ ਮਗਰ ਤਿਉਹਾਰ ਹੁੰਦਾ, ਆਪੇ ਦਿੰਦੇ ਆ। ਐਤਕੀ ਸੋਚਿਆ ਹੋਇਆ ਵੀ ਪੂਰਾ ਖਰਚਾ ਕਰਾਉਣਾ ਹੈ? ਨਹੀਂ, ਆਏ ਸਾਲ ਖਰਚਾ ਕਰਾਉਂਦੇ ਆ, ਆਏ ਸਾਲ ਹੁੰਦਾ। ਐਤਕੀ ਥੋੜ੍ਹਾ ਜਿਹਾ ਵਧਾਓਗੇ ਕੰਮ ਕਿ ਉੱਥੇ ਹੀ ਰਹੂਗਾ? ਨਹੀਂ, ਪੰਜ ਥੋੜ੍ਹਾ, ਬਾਕੀ ਖਾਣ ਪੀਣ ਦਾ ਸਮਾਨ ਉਹਨਾਂ ਨੇ ਆਪਦੇ ਪੱਲੇ ਲਿਆਉਣਾ ਵਾ, ਘੱਟ ਵੱਧ ਗਿਆ ਤਾਂ ਫਿਰ ਉਹ ਪੂਰੀ ਘੱਟ ਵੱਧ ਗਿਆ, ਹਜੇ ਵੀ ਘੱਟ ਵੱਧ ਗਿਆ, ਫਿਰ ਉਹਨਾਂ ਵਾਸਤੇ ਹੁੰਦਾ ਇਹ, ਕਿਹੜਾ ਬਾਪ ਦੇ ਵਾਸਤੇ ਕਰਦੇ, ਉਹਨਾਂ ਵਾਸਤੇ ਹੁੰਦਾ। ਬਸ ਮੈਂ ਵਰਤ ਵੀ ਤਾਂ ਤੇਰੇ ਲਈ ਰੱਖਣਾ, ਭੁੱਖੀ ਵੀ ਤਾਂ ਤੇਰੇ ਲਈ। ਨਹੀਂ, ਆਪਾਂ ਵਿਆਹ ਕਰਾਉਂਦੇ ਹਾਂ, ਦੁਲਹਨ ਦਾ ਤੇ ਸੁਹਾਜ ਵਰਤਾਂ ਦਾ ਇੱਕੋ ਮੌਕਾ ਤਾਂ ਮਿਲਦਾ, ਉਹ ਸੱਜਣ ਸੋਜਣ ਸੰਬੰਧ। ਕੁੜੀਆਂ ਨੂੰ ਵੈਸੇ ਮੌਕੇ ਵਾਲੇ ਮਿਲ ਜਾਂਦੇ, ਕਦੇ ਰੱਖੜੀਆਂ ਤੇ ਕਦੇ ਭਾਈ ਦੂਜ ਤੇ ਕਦੇ ਹੁੰਦਾ, ਇਹ ਜ਼ਿਆਦਾ ਹੁੰਦਾ, ਇਹਦੇ ਤੇ ਜ਼ਿਆਦਾ ਹੁੰਦਾ, ਇਹਦੇ ਜ਼ਿਆਦਾ। ਨਾ ਚਾਹੁੰਦੇ ਵੀ ਦੇਣਾ ਪੈਂਦਾ ਹੀ ਪੈਂਦਾ, ਬੰਦਾ ਐਂ ਫਸ ਜਾਂਦਾ ਵਿੱਚ ਕੜਿੱਕੀ 'ਚ। ਹੁਣ ਦੱਸ ਵੀਰੇ, ਸਾਰਾ ਸੁੱਚਾ ਸਮਾਨ ਲੈਣਾ ਪੈਂਦਾ। ਅੱਛਾ, ਭਾਂ ਘਰੇ ਸਮਾਨ ਪਿਆ ਵੀ ਹੋਵੇ ਤਾਂ ਵੀ ਆਪਾਂ ਨੂੰ ਸੁੱਚਾ ਸਮਾਨ ਲੈਣਾ ਪੈਂਦਾ, ਵੀ ਜਿਵੇਂ ਮਾਂ ਸੰਦੂਰ ਹੋ ਗਿਆ, ਸੁਰਖੀ ਬਿੰਦੀ ਹੋ ਗਈ, ਇਹ ਸੁਹਾਗ ਦੀ ਚੀਜ਼ਾਂ ਆਪਾਂ ਨੂੰ ਸਾਰੀਆਂ ਪੂਰੀਆਂ ਲੈਣੀਆਂ ਪੈਂਦੀਆਂ। ਚਲੋ ਸਹੀ ਹੈ, ਭਾਂਡੇ ਨਾਲ ਨਵਾਂ ਮਿਲ ਜਾਂਦਾ। ਹਾਂਜੀ, ਹੋਰ ਸਹੀ ਹੈ, ਵਧੀਆ, ਥੈਂਕ ਯੂ ਜੀ। ਚਲੋ ਆ ਜਾਓ ਫਿਰ ਅੱਗੇ ਨੂੰ, ਭੀੜ ਬੜੀ ਲੱਗੀ ਪਈ ਹੈ। ਹੈਂ, ਆਹ ਕੀ ਮਿਲ ਰਿਹਾ, ਇਹ ਕੀ ਮਿਲ ਰਿਹਾ ਹੈ? ਦਾਲ ਬੜੇ। ਅੱਛਾ, ਬੜੇ ਦਾਲ ਬੜੇ ਹੋ ਰਹੇ ਨੇ, ਹੈ ਹੋਰ, ਸ਼ਰਮਾ ਗਏ ਤੁਸੀਂ ਤਾਂ, ਕੁੜੀਆਂ ਬੜਾ ਸ਼ਰਮਾਉਂਦੀਆਂ ਹੁੰਦੀਆਂ, ਕੀ ਗੱਲ ਹੋ ਗਈ? ਲੜਕੀਆਂ ਹੋਤੀ ਹੈ ਅਸੀਂ। ਅੱਛਾ ਅੱਛਾ, ਤੇ ਤੁਸੀਂ ਫਿਰ ਸ਼ਾਪਿੰਗ ਕਰਨ ਆਏ ਸੀਗੇ? ਹਾਂਜੀ ਹਾਂਜੀ। ਕੀ ਕੀ ਲੈ ਲਿਆ? ਬਸ ਸ਼ਾਪਿੰਗ ਕਰ ਰਹੇ ਹਾਂ, ਸੂਟ ਲੈ ਲਏ, ਫੁੱਟਵੇਅਰ ਲੈਣ ਜਾ ਰਹੇ ਹਾਂ, ਵਿੱਚ ਆਹ ਮਿਲ ਗਏ ਦਾਲ ਬੜੇ ਵਾਲੇ, ਅਸੀਂ ਸੋਚਿਆ ਪਹਿਲਾਂ ਖਾ ਲਈਏ ਫਿਰ ਚੱਲਾਂਗੇ ਅੱਗੇ। ਅੱਛਾ ਅੱਛਾ ਅੱਛਾ, ਮੈਂ ਕਿਹਾ ਕਿਤੇ ਦੁਕਾਨਦਾਰ ਨਾਲ ਪੰਗੇ ਪੁੰਗੇ ਤਾਂ ਨਹੀਂ ਲੈ ਲਏ, ਬੀਬੀਆਂ ਦਾ ਡਰ ਬੜਾ ਲੱਗਦਾ ਹੁੰਦਾ। ਪਸੰਦ ਨੀ ਆਉਂਦਾ, ਜਿਵੇਂ ਰੀਲਾਂ ਵੀ ਖਾਸੀਆਂ ਵਾਇਰਲ ਹੁੰਦੀਆਂ ਨੇ ਨਾ, ਉਹ ਕਹਿੰਦੇ 15-20 ਸੂਟ ਬੀਬੀਆਂ ਕਢਾ ਦਿੰਦੀਆਂ ਤੇ ਲੈਣਾ ਬਾਅਦ ਚੋਂ 800-900 ਵਾਲਾ ਸੂਟ ਹੀ ਹੁੰਦਾ, ਇਹ ਗੱਲ ਨਹੀਂ? ਅੱਜ ਕੱਲ੍ਹ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ, ਮੈਨੂੰ ਨਹੀਂ ਲੱਗਦਾ ਇਹ ਇੱਕ ਮਿਥ ਹੈ। ਅੱਛਾ ਨਹੀਂ, ਤੁਸੀਂ ਫਿਰ ਉਹ ਤਾਂ ਡਿਬੇਟ ਤਾਂ ਨਹੀਂ ਕਰਦੇ ਹੈਗੇ ਵੀ ਰੇਟ ਘਟਾ ਲਓ ਜਾਂ ਇਦਾਂ? ਨਹੀਂ, ਅਸੀਂ ਜਾਂਦੇ, ਸਾਡੇ ਫਿਕਸ ਹੈ ਸ਼ਾਪ ਸੀ।
ला दो यार सही रेट ते की गल हुई हाँ की है अच्छा ओ बुलबुले जे फलाउण वाला अच्छा फलांदे हुंदे उहदे नाल कित्थे है कित्थे फलांदे किवें हो दिखाओ तो सी मड़े झट सानू भी बुलबुले दिखाने तुहानू ए आ चक सही है ना ओ इच इच पागे की लेके आउने तुसी ए हो जाए है एज की पागे की लेके आने बुलबुले के फुला लेने वाले इससे ही फूल जाता है पानी का बना रहता है ना पानी का होता है सर खुद डाल दियो इसमें नहीं नहीं इससे ही बना आता है अच्छा अच्छा कहाँ से आते हो भटिंडा में रहते घर झारखंड झारखंड से अच्छा मेरी गल सुनो यहाँ पे रौनक मेला वधिया लग गया होया बाजार में अच्छा ते किन्ना संडे को ज्यादा भीड़ होता है यहाँ संडे को होता है हाँ जी अच्छा अच्छा ठीक है तो फिर आप यहाँ पे आप यहाँ पे कब आते हो हम तो यहीं पे डेली आते हैं अच्छा आप झारखंड से आए हो यहाँ पे बठिंडे में पंजाब लेके रहते हैं यहाँ पे अच्छा कमरा लेके रहते हो हाँ जी तो आप जब आपको घर की याद आती है यहाँ आप यहाँ पे आके रहते हो अब क्या करेंगे मजबूरी है तो रहना तो पड़ेगा ना अच्छा पिंड नहीं जाना त्योहार आ रहे ने दिवाली आ रही है जाओगे हाँ छठ में जाएंगे अच्छा सबसे ज्यादा किसी याद आती है घर से मम्मी का मिस करते हो मम्मा की रोटी डेली बात करते हैं शाम में कितना प्यार करते हो मम्मी को बहुत सारा अच्छा उसके जैसा प्यार किसको करें अब के लेके जाओगे मम्मी के लिए गांव में लेके जाते हैं जब भी जाते हैं साड़ी वगैरह अच्छा मम्मी की दुल्हनिया ढूंढ ली कहाँ से लेके जानी है झारखंड से नहीं, अपना ही गांव में वहीं से लेके जाओगे अच्छा ठीक है मुंडा कहना बहू उतो दी लेनी है जाए मैं इत्थे रहना है हाँ जी चलो आ जाओ चले गए लख रुपया कट रहे ने है सानू भी दे दो थोड़ा जा संग लगदी है ਆਏ ਹਾਏ ਸਾਡੇ ਮਸ਼ਹੂਰ ਬੰਦੇ ਹੈ ਹੋਰ ਜੀ ਅੱਛਾ ਵਧੀਆ ਚੱਲਦਾ ਪ੍ਰੋਗਰਾਮ ਇੱਥੇ ਸ਼ਹਿਰ ਚ ਜੀ ਲੱਗਿਆ ਰਹਿੰਦਾ ਹਾਂ ਪੂਰਾ ਮੰਦਿਰ ਚ ਕਿਸੇ ਲੱਸੀ ਲੈ ਕੇ ਜੋ ਪੁੱਛ ਲੈ ਲੱਸੀ ਕਿਤੋਂ ਲਿਆਏ ਤੁਸੀਂ ਫਿਰ ਬਾ ਪਿੰਡਾ ਚ ਮੰਗਾ ਲਈਦੀ ਆ ਅੱਛਾ ਮੈਂ ਕਿਹਾ ਲੱਸੀ ਲੈਣੇ ਹੋ ਕਿ ਲੱਸੀ ਕਰਦੇ ਵੀ ਹੋ ਲੋਕਾਂ ਦੀ ਹੁੰਦੀ ਆ ਨਾ 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 ਟੋਪੀ ਬੜੀ ਘੈਂਟ ਲਿਆਂਦੀ ਹੈ ਕਿੱਥੋਂ ਲਿਆਏ ਹੋ ਉਹ ਅੱਜ ਮੇਰੀ ਅੰਗਰੇਜ਼ਾਂ ਵਾਲੀ ਤਾਂ ਗਈ ਹੋਈ ਹੈ ਸਹੁਰੇ ਜੀ ਅੱਛਾ ਹੁਣ ਆਪ ਇੱਥੇ ਆ ਦੂਜੀ ਆ ਗਈ ਜੀ ਅੱਛਾ ਅੱਛਾ ਅੰਗਰੇਜ਼ ਭੇਜਦੇ ਨੇ ਆ ਵੱਡੀਆਂ ਗੱਲਾਂ ਬਾਤਾਂ ਹਾਂ ਵੱਡੇ ਹਾਈ ਲੈਵਲ ਤੇ ਕੰਮ ਆਏ ਹਾਂ ਚੰਗਾ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਬਈ ਇਹ ਹੈਗੀ ਆ ਹੁਣ ਮਿੱਡੂ ਮਲ ਸਟਰੀਟ ਸ਼ੁਰੂ ਹੋ ਗਈ ਇੱਥੇ ਲਹਿੰਗੇ ਲੂੰਗੇ ਕੱਪੜੇ ਕੁੱਪੜੇ ਬਾੜੇ ਸੋਹਣੇ ਮਿਲਦੇ ਹੈਲੋ ਇਹਨੂੰ ਕੀ ਹੋ ਗਿਆ ਕੁਛ ਦਵਾਇਆ ਨਹੀਂ ਮੂੰਹ ਐ ਸੁਜਾ ਰੱਖਿਆ ਨਹੀਂ ਦਵਾਇਆ ਜੀ ਹਾਂਜੀ ਬੋਲੋ ਕੀ ਲੈਣਾ ਪੁੱਤ ਇਹ ਤਾਂ ਮਾਈਕ ਨਹੀਂ ਮਿਲਦਾ ਨਹੀਂ ਮਿਲਦਾ ਤੁਸੀਂ ਕਿੱਥੇ ਚੱਲੇ ਅਸੀਂ ਤਾਂ ਬਾਜ਼ਾਰ ਘੁੰਮਣ ਚੱਲੇ ਘੁੰਮਣ ਚੱਲੇ ਕਿ ਕੁਛ ਲੈਣ ਵੀ ਚੱਲੇ ਨਹੀਂ ਕੁਛ ਲੈ ਕੇ ਵੀ ਆਏ ਅੱਛਾ ਲੈ ਵੀ ਲਿਆ ਕੀ ਲੈ ਕੇ ਆਏ ਹੋ ਬਸ ਲੀੜਾ ਕੱਪੜਾ ਵੀ ਤੇ ਨਾ ਕੁੜੀਆਂ ਨੂੰ ਜ਼ਿਆਦਾ ਸ਼ੌਂਕ ਹੁੰਦਾ ਘਰ ਸਜਾਉਣ ਦਾ ਹਨਾ ਸਮਾਨ ਲੈਣ ਦਾ ਤੇ ਤੁਹਾਨੂੰ ਕਿੰਨਾ ਕੁ ਸ਼ੌਂਕ ਆ ਪਰੇ ਵੀ ਕਿੰਨਾ ਕੁ ਖਰਚਾ ਕਰਾਤਾ ਇਹ ਹੋ ਗਿਆ 10 ਤੋਂ 15000 ਦੋਗੇ ਨਾ ਵਾਹ ਜੀ ਵਾਹ ਕੋਈ ਖਾਸ ਪ੍ਰੋਗਰਾਮ ਹੈ ਕਿ ਵੈਸੇ ਪਤਾ ਹੈ ਇਹਨਾਂ ਨੂੰ ਕੀ ਗੱਲਬਾਤ ਹੋ ਗਈ ਵਿਆਹ ਜੀ ਅੱਛਾ ਵਿਆਹ ਹੋਇਆ ਠੀਕ ਹੈ ਤੇ ਹੁਣ ਸਾਰੇ ਖਜ਼ਾਨੇ ਖਾਲੀ ਕਰ ਦੇਣੇ ਵਿਆਹ ਹੋ ਗਿਆ ਕਰਨੀ ਨਾਲ ਚੱਕੀ ਫਿਰ ਦੇ ਕੈਸ਼ੀਅਰ बड़ी प्यारी कुड़ी है ना
ਵੀਰੇ ਮੜਾ ਚਕਾਚ ਕੋਲ ਉਹ ਕਿਸੇ ਨੂੰ ਐਡਾ ਭਾਰ ਤੁਸੀਂ ਚੱਕਿਆ ਕਿਤੇ ਗੱਡੀ ਚ ਰੱਖਦੇ ਆਂ ਅੱਛਾ ਪਾਰਕਿੰਗ ਚ ਲਾਈ ਉੱਥੇ ਨਹੀਂ ਤੇ ਚੱਕ ਕੇ ਲੈ ਜਾਂਦੇ ਧੱਕਾ ਬੜਾ ਚੱਲੇ ਤਰਸ ਜਾ ਆ ਗਿਆ ਤੁਹਾਡੇ ਤੇ ਮੈਂ ਕਿਹਾ ਵੀਰੇ ਮੈਂ ਚਕਾ ਦਿੰਦੀ ਜੇ ਮੈਂ ਸ਼ੂਟ ਨਾ ਕਰਨਾ ਹੁੰਦਾ ਗੱਡੀ ਖੜੀ ਹੋਈ ਇੱਥੇ ਨਾ ਪਾਰਕਿੰਗ ਦਾ ਧੱਕਾ ਉਹ ਚੱਲਦਾ ਬੰਦੇ ਜੀ ਪਤੀ ਠੀਕ ਹੈ ਚਲੋ ਆ ਜਾਓ ਚੱਕ ਕੇ ਲੈ ਜਾਂਦੇ ਪਾਰਕਿੰਗ ਵਿਚ ਚੱਲ ਕੇ ਚੱਕ ਕੇ ਲੈ ਕੇ ਜਾਂਦੇ ਨੇ ਹਾਂ ਧੱਕਾ ਤਾਂ ਚੱਲਦਾ ਆਪਣੀ ਸੇਫਟੀ ਚ ਰਹਿੰਦੇ ਗੱਡੀ ਚ हाँ देखो लहंगे लूंगे मैं के पूरा सिरे ही होया पिया मैं तो दलजीत का गाना याद आ गया सोच के लहंगे तो शराब डोल दूँ की पता भाई कुड़ी दूजी होवे ना वो होवे है ना बेच ले लहंगे भैया लहंगे बेच ले क्या चीज मैं क्या बेच ले लहंगे लूंगे समझ नहीं आई तुहाडी दोबारा दसो हाय तुसी पंजाबी बोलदे हो कमाल है अच्छा नहीं मैं तो ऐ कहंदी सी मैं क्या लहंगे लूंगे समान सून बेच लिया हाँ जी बेचिया बहुत अच्छा तो मेरी गल सुनो सारे तो ज्यादा बुढ़िया की लेंदिया की नहीं है समान जेड़ा बर्ता ते समान चलदा यही अच्छा लहंगा चोली हो गया हां ज्वेलरी वगैरह हां ये खरीद रहे हैं अच्छा ठीक है ते फिर तुसी इत्थे दिने खड़े रहंदे हो ते किन्ना क कदे पेचा पिया कदे लेडी गाक दे नाल वादू पेंदा जी अच्छा की गल पिछे लड़ाई हुंदी है लड़ाइयां तां हुंदियां ही रहंदियां ते हैं रेट रूट दा रौला पेंदा हां जी लेडीज रेट नहीं भरदी अच्छा ਮੁੰਡੇ ਭਰ ਦਿੰਦੇ ਆ ਮੁੰਡੇ ਭਰਦੇ ਆ ਅੱਛਾ ਲੇਡੀਜ਼ ਕਿਉਂ ਨਹੀਂ ਭਰਦੀ ਕੀ ਚੱਕਰ ਹੈ ਪਤਾ ਨਹੀਂ ਜੀ ਅੱਛਾ ਚੀਜ਼ ਵੀ ਵਧੀਆ ਲੈਣੀ ਹੁੰਦੀ ਹੈ ਚੀਜ਼ ਵੀ ਵਧੀਆ ਲੈਣੀ ਹੈ ਪੈਸੇ ਵੀ ਨਹੀਂ ਲਾਣੇ ਹਾਂ ਫਿਰ ਇਹਦਾ ਕੋਈ ਮਸਲਾ ਹੱਲ ਕਰਾਉਣਾ ਮਸਲਾ ਹੱਲ ਤਾਂ ਤੁਸੀਂ ਕਰਵਾ ਦਿਓ ਇਹ ਕਿਹੜੇ ਆ ਉਹ ਦੁਕਾਨਦਾਰ ਇਹ ਕੌਣ ਨੇ ਦੁਕਾਨਦਾਰ ਜਿਹੜੇ ਉਹਨਾਂ ਨੂੰ ਮਨਾ ਲੈਂਦੇ ਨੇ ਇੱਕ ਸੂਟ ਦੇ ਕੇ ਤੋੜ ਦਿੰਦੇ ਆ ਪਤਾ ਹੀ ਨਹੀਂ ਜੀ ਕਿਹੜਾ ਕੌਣ ਤੋੜ ਦਿੰਦਾ ਸਹੀ ਗੱਲ ਹੈ ਇਹ ਦੁਕਾਨਦਾਰਾਂ ਦੀ ਬੱਸ ਹੋਈ ਪਈ ਆ ਹੁਣ ਅੱਗੇ ਤਿਹਾਰ ਆ ਗਏ ਹੁਣ ਤਾਂ ਜਮੇ ਹੀ ਉਹ ਹੋ ਜਾਣਾ ਕੰਮ ਹੈ ਨਾ ਹੋਰ ਕੀ ਜੀ ਸਹੀ ਹੈ ਸਹੀ ਹੈ ਇੱਥੇ ਬਈ ਗੋਲ ਗੱਪੇ ਤੇ ਟਿੱਕੀਆਂ ਖਾਣ ਆਉਂਦੇ ਨੇ ਲੋਕ ਹੈਲੋ ਕਾਟਨ ਕੈਂਡੀ ਕਿੱਥੇ ਚੱਲਿਆ ਤੁਸੀਂ ਬੜੇ ਅੱਜ ਤੋਤੇ ਤੋਤੇ ਜੇ ਬਣ ਕੇ ਘੁੰਮ ਰਹੇ ਹੋ ਕੀ ਚੱਕਰ ਹੈ ਹੈਂ ਤੁਸੀਂ ਵੀ ਨਹੀਂ ਬੋਲਣਾ ਅਸੀਂ ਕਾਰੂਗਰ ਸੂਟ ਲੈਣਾ ਹੈ ਹਾਂ ਤੇ ਬਸ ਇਹੀ ਤਾਂ ਮੈਂ ਸੁਣਨਾ ਚਾਹੁੰਦੀ ਸੀ ਤਾਂ ਹੀ ਤਾਂ ਮੈਂ ਆਈ ਸੀ ਕਿਹੜਾ ਸੂਟ ਦੇਖਿਆ ਫਿਰ ਕੇ ਲਿਆ ਨਹੀਂ ਅਜੇ ਨਾ ਲਿਆਂਦਾ देखो रौनक मेला पूरा लग्या होयागा जूते लेने जो अखां वास्ते पहले ही डर के भज जांदियां मैं तां ही किधर चले जे बाजार च अच्छा कि समान समून कद लेना है ਮੋਟਰਸਾਈਕਲ ਤੇ ਨਾ ਲੈਣ ਕਾ ਤਾਂ ਸਮਾਨ ਆਏ ਮਤਲਬ ਤਿਆਰ ਤਰਵੇ ਦਾ ਕਰ ਹਾਂ ਮੈਨੂੰ ਪਤਾ ਸੀ ਤਾਂ ਹੀ ਭਾਜੀ ਮੈਂ ਦੇਖ ਕੇ ਜੱਜ ਕਰ ਗਈ ਸੀ ਤੇ ਕਿੰਨਾ ਕੁ ਮਹਿੰਗਾ ਸੂਟ ਲੈ ਲਿਆ ਮੈਂ 2200 ਦਾ ਸੂਟ ਲਿੱਤਾ ਅੱਛਾ 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 ਇਹਨਾਂ ਤੋਂ ਲਿਆ ਇਹਨਾਂ ਨੇ ਠੱਗਿਆ ਸਾਨੂੰ ਠੱਗ ਲਿਆ ਹਾਂ ਠੱਗ ਲਿਆ ਤਰਵੇ ਤੇ ਹੁਣ ਮੈਂ ਕੀ ਕਰਾਂ ਕਾਰਵਾਈ ਪਾਵਾਂਗੇ ਪਾਰ ਦੋ ਪਾ ਦੋ ਚਲੋ ਧਰਨਾ ਲਾਉਨੇ ਆਪਾਂ ਬਹਿ ਕੇ ਦੁਕਾਨ ਪੂਰੇ ਨਹੀਂ ਧਰਨਾ ਵੀ ਲਾਣਾ ਕਰਵਾ ਚੌਥ ਜਿਹੜੇ ਸੂਟ ਲਾ ਦੇਣਾ ਅੱਛਾ ਇੱਧਰ ਵੀ ਲੱਗ ਜਾਣਾ ਇਹ ਕਰਵਾ ਚੌਥ ਜਿਹੜੇ ਸੂਟ ਮਹਿੰਗੇ ਕਰਦੇ ਆ ਨਾ ਜਾਣ ਕੇ ਇਹਨਾਂ ਨੂੰ ਦੱਸਣਾ ਪੈਣਾ ਪਤਾ ਇਹਨਾਂ ਨੂੰ ਫਾਇਦਾ ਚੱਕਦੇ ਆ ਗਰੀਬ ਬੰਦੇ ਦਾ ਗਰੀਬ ਬੰਦੇ ਦਾ ਫਾਇਦਾ ਜ਼ਿਆਦਾ ਨਹੀਂ ਪਤਾ ਆਟਾ ਹੈ ਕਿ ਹੈ ਨਹੀਂ ਕੱਲਾ ਸੂਟ ਹੀ ਦੇਖਣਾ ਸੂਟ ਹੋਣਾ ਜ਼ਰੂਰੀ ਹੈ ਆਟਾ ਹੋਵੇ ਜਾਂ ਨਾ ਹੋਵੇ ਆਟੇ ਦਾ ਤਾਂ ਹੋ ਜੂ ਇੰਤਜ਼ਾਮ ਹੈ ਨਾ ਉਹ ਤਾਂ ਹੋ ਹੀ ਸਹੀ ਹੈ ਸਹੀ ਹੈ ਸਹੀ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਬੜੇ ਮੈਂ ਕਿ ਸ਼ਾਂਤ ਜਿਹੇ ਹੋ ਕੇ ਬੈਠੇ ਸੀਗੇ ਬਸ ਠੀਕ ਠਾਕ ਹੀ ਆ ਵਧੀਆ ਬਸ ਚੱਕ ਕਿਵੇਂ ਚੱਲਦਾ ਕੰਮ ਠੀਕ ਹੈ ਵਧੀਆ ਚੱਲ ਰਿਹਾ ਅੱਛਾ ਤੇ ਕਿੰਨੇ ਕੁ ਜਾਣੇ ਦੇ ਚੂੜੀਆਂ ਚੜਾਤੀਆਂ ਫਿਰ ਬਸ ਚੱਲੀ ਜਾਂਦਾ ਆਈ ਜਾਂਦਾ ਪਾਈ ਜਾਂਦੇ ਲੈ ਜਾਂਦੇ ਆ ਪੈਕ ਪੈਕ ਅੱਛਾ ਅੱਛਾ ਠੀਕ ਹੈ ਤੇ ਫਿਰ ਤੁਸੀਂ ਇੱਥੇ ਆਉਂਦੇ ਹੋ ਹੁਣ ਜਿਵੇਂ ਤਿਹਾਰਾਂ ਦਾ ਸੀਜ਼ਨ ਆ ਗਿਆ ਕਿੰਨੀ ਰੌਣਕ ਲੱਗੀ ਰਹਿੰਦੀ ਹੈ ਬਾਜ਼ਾਰ 'ਚ ਜੀ ਰੌਣਕ ਤਾਂ ਬਹੁਤ ਹੈ ਅੱਛਾ ਪਰ ਸੇਲ ਇੰਨੀ ਹੈ ਨਹੀਂ ਸੇਲ ਹੈ ਨਹੀਂ ਕੀ ਹਜੇ ਆਉਣਾ ਟਾਈਮ ਹੋ ਜੇ ਦੇਖੋ ਹੁਣ 2 ਦਿਨ ਰਹਿ ਗਏ 3 ਦਿਨ ਸਾਨੂੰ ਸੇ ਦੇਖੋ ਅੱਛਾ ਹਾਂ ਤਾਂ ਫਿਰ ਆਪ ਵੀ ਤਿਆਰੀ ਕਰਨੀ ਹੋਣੀ ਹੈ ਤੁਸੀਂ ਹੈ ਨਾ ਤਿਆਰੀ ਆ ਬਸ ਆਨਲਾਈਨ ਜ਼ਿਆਦਾ ਚੱਲਿਆ ਪਿਆ ਨਾ ਕੰਮ ਇੰਨਾ ਹੈ ਨਹੀਂ ਆਨਲਾਈਨ ਜ਼ਿਆਦਾ ਹੀ ਹੈ ਉਹਦੇ ਕਰਕੇ ਥੋੜਾ ਜਿਹਾ ਹੋਇਆ ਹਾਂ ਮੰਦਾ ਚੱਲ ਰਿਹਾ ਠੀਕ ਹੈ ਤੁਸੀਂ ਇਕੱਲੇ ਹੁੰਨੇ ਹੋ ਇੱਥੇ ਜੀ ਹਾਂਜੀ ਠੀਕ ਹੈ ਤੇ ਮਤਲਬ ਸਵੇਰ ਤੋਂ ਲੈ ਕੇ ਕਿੰਨੇ ਕੁ ਵਜੇ ਤੱਕ ਤੁਸੀਂ ਇੱਥੇ ਹੋ ਮੈਂ 11 ਵਜੇ ਨਹੀਂ 11 ਵਧੀਆ ਗੱਲ ਹੈ ਦੇਖੋ ਤੁਸੀਂ ਇਕੱਲੇ ਸਾਰਾ ਕੁਝ ਹੈਂਡਲ ਕਰ ਰਹੇ ਹੋ ਨਾ ਟਾਈਮ ਪਾਸ ਕਰਨਾ ਪੈਂਦਾ ਜੀ ਅੱਜ ਕੱਲ ਦੇ ਟਾਈਮ ਤੁਹਾਨੂੰ ਪਤਾ ਮਹਿੰਗਾਈ ਜਿੰਨੀ ਹੈ ਘਰੇ ਜੀ ਨਹੀਂ ਲੱਗਦਾ ਨਹੀਂ ਜੀ ਬਿਲਕੁਲ ਹੀ ਨਹੀਂ ਹੱਥ ਪੈ ਗਈ ਨਾ ਕੰਮ ਕਰਨ ਦੀ ਹਾਂ ਨਹੀਂ ਸਹੀ ਗੱਲ ਹੈ ਜ਼ਰੂਰੀ ਹੈ ਕੰਮ ਹੋਣਾ ਜ਼ਰੂਰੀ ਹੈਗਾ ਨਾ ਆ ਦੇਖ ਲਹਿੰਗਾ ਕਿੰਨਾ ਸੋਹਣਾ ਮੇਰਾ ਜੀ ਕਰਦਾ ਸਾਰੇ ਲੈ ਜਾ ਪਰ ਕੀ ਕਰਾਂ ਦਿੰਦੇ ਹੀ ਨਹੀਂ ਮੰਦੇ ਹੋ ਬਈ ਥੋੜਾ ਜੀ ਲੱਗਿਆ ਰਹਿਣਾ ਇੱਥੇ ਅੱਛਾ ਦੂਰੋਂ ਹੀ ਹੈਲੋ ਕਰਕੇ ਕੋਲੇ ਆ ਕੀ ਨਹੀਂ ਕਰੀ ਹੈਗੀ ਹੈ ਨਾ
ਤੁਹਾਨੂੰ ਕੀ ਚਾਹੀਦਾ ਆਹ ਦੇਖੋ ਲਹਿੰਗੇ ਰੰਗ ਬਿਰੰਗੇ ਜਿਹੜੇ ਮਰਜ਼ੀ ਪਾ ਲਓ। ਲਓ ਜੀ ਤਿਆਰੀ ਚੱਲ ਰਹੀ ਹੈ ਪੂਰੀ ਜ਼ੋਰਾਂ ਸ਼ੋਰਾਂ ਦੇ ਕਿਉਂਕਿ ਤਿਉਹਾਰ ਆ ਗਏ ਅਤੇ ਬੀਬੀਆਂ ਨੂੰ ਇਹੀ ਮੌਕਾ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਪੂਰਾ ਕਰਾ ਦਿਓ ਕਿ ਵੀ ਹੱਕ ਵੀ ਬਣਦਾ ਅਗਲੇ ਨੇ ਵਰਤ ਰੱਖਣਾ ਅਤੇ ਫਿਰ ਇੰਨਾ ਕੁ ਤਾਂ ਫਿਰ ਬਣਦਾ ਹੀ ਹੈ ਨਾ। ਸੋ ਦੋਸਤੋ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ ਬਠਿੰਡਾ ਦੇ ਬਿੱਡੂ ਮੱਲ ਸਟਰੀਟ ਦੇ ਵਿੱਚ ਪਹੁੰਚੇ ਹੋਏ ਸੀਗੇ ਅਤੇ ਬਹੁਤ ਇੰਜੋਏ ਕੀਤਾ, ਫਨ ਕੀਤਾ, ਮਸਤੀ ਕੀਤੀ। ਸੋ ਤੁਸੀਂ ਕੀ ਸੋਚ ਰਹੇ ਹੋ ਬਈ ਐਤਕੀ ਜਿਹੜੀ ਬੀਬੀਆਂ ਸਾਡੀ ਇਹ ਵੀਡੀਓ ਦੇਖ ਰਹੀਆਂ ਨੇ ਐਤਕੀ ਕਿੰਨਾ ਕੁ ਖਰਚਾ ਕਰਾਉਣਾ, ਕਰ ਲਈ ਫਿਰ ਕਰਵਾ ਚੌਥ ਦੀ ਤਿਆਰੀ? ਸੋ ਦੇਖਦੇ ਰਹੋ ਜੀ, ਦਿਓ ਆ ਗਿਆ, ਸਤਿ ਸ਼੍ਰੀ ਅਕਾਲ।